ਮੈਂ ਤੁਹਾਡਾ ਛੋਟਾ ਵੀਰ ਕਰਨ ਸਿੰਘ ਫਰੋਮ ਇੰਗਲੈਂਡ। ਜਨਾਬ ਗੱਲ ਕਰਦੇ ਹਾਂ ਇਸ ਵਿਸ਼ੇ 'ਤੇ ਕਿ ਬਹੁਤ ਵਧੀਆ ਇੱਕ ਖਬਰ ਆਈ ਆ ਅੱਜ। ਅੱਜ ਸੰਡੇ ਆ, 20 ਨਵੰਬਰ ਦਾ ਦਿਨ ਆ, ਬੜੀ ਖੁਸ਼ੀ ਦੀ ਖਬਰ ਆਈ ਅੱਜ। ਪਤਾ ਕੀ ਹੁੰਦਾ, ਹਰੇਕ ਬੰਦੇ ਨੂੰ ਆਪਣਾ ਘਰ ਪਿਆਰਾ ਹੁੰਦਾ, ਠੀਕ ਆ। ਜਿੰਨਾ ਟਾਈਮ ਤੱਕ ਆਪਾਂ ਸੀਗੇ, ਪੰਜਾਬ ਸੀਗੇ, ਉੱਥੋਂ ਦੇ ਹਾਲਾਤਾਂ ਦੇ ਨਾਲ, ਜੋ ਆਪਣੇ ਪਰਿਵਾਰਵਾਦ ਦੀਆਂ ਪਾਰਟੀਆਂ ਹੁੰਦੀਆਂ ਉਹਨਾਂ ਦੇ ਨਾਲ, ਫਰੈਂਡ ਸਰਕਲ ਦੇ ਨਾਲ, ਜਿਨ੍ਹਾਂ ਨਾਲ ਜੁੜੇ ਸੀਗੇ, ਠੀਕ ਆ, ਬਾਹਰ ਨਿਕਲੇ ਆ। ਥੋੜ੍ਹਾ ਬਹੁਤਾ ਜਿਹੜਾ ਸੈਲਫ ਡਿਸੀਜਨ ਜਿਹਨੂੰ ਕਹਿੰਦੇ ਹਾਂ ਆਪਾਂ, ਉਹ ਲਿਆ ਆ। ਅਤੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਸ਼ਾਇਦ ਮੇਰੇ ਜਿਹੜੇ ਮੇਰੇ ਦੋਸਤ ਫੇਸਬੁੱਕ 'ਤੇ ਹੈਗੇ ਨੇ ਜਾਂ ਮੇਰੇ ਜਿਹੜੇ ਥੋੜ੍ਹਾ ਬਹੁਤਾ ਮੈਨੂੰ ਜਾਣਦੇ ਨੇ, ਮੈਂ ਉਹਨਾਂ ਨੂੰ ਪਤਾ ਹੋਊਗਾ ਵੀ ਇਸ ਟਾਈਮ ਆਮ ਆਦਮੀ ਪਾਰਟੀ ਦਾ ਹੀ ਪ੍ਰਚਾਰ ਕਰ ਰਹੇ ਹਾਂ। ਅਤੇ ਉਸ ਪਰਮਾਤਮਾ ਅੱਗੇ ਹੋਰ ਹਰੇਕ ਹੀ, ਮਤਲਬ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਦੀ ਗੱਲ ਕਿਤੇ ਵੀ ਹੁੰਦੀ ਹੈ ਤਾਂ ਪਰਮਾਤਮਾ ਅੱਗੇ ਅਰਦਾਸ ਕਰੀਦੀ ਹੈ ਕਿ ਵਾਹਿਗੁਰੂ ਇਸ ਪਾਰਟੀ ਨੂੰ ਬਲ ਬਖਸ਼ੀ। ਤਾਂ ਕਰਕੇ ਬਲ ਬਖਸ਼ੀ ਕਿਉਂਕਿ ਇਸ ਪਾਰਟੀ ਦੇ ਨਾਲ ਸਾਨੂੰ ਕੋਈ, ਪਤਾ ਨਹੀਂ ਕਿਉਂ ਮੈਨੂੰ ਇਹ ਨਹੀਂ ਸਮਝ ਆਉਂਦੀ, ਸ਼ਾਇਦ ਤੁਸੀਂ ਮੇਰੇ NRI ਵੀਰੋ, ਤੁਸੀਂ ਮੈਨੂੰ ਇਹ ਗੱਲ ਦਾ ਮਾੜਾ ਜਿਹਾ ਇੱਕ ਜੇ ਕੋਈ ਕਮੈਂਟ ਕਰ ਸਕਦਾ ਉਹ ਦੱਸ ਦਿਓ ਕਿ ਆਪਾਂ ਇਹ ਇੰਨਾ ਜ਼ੋਰ ਕਿਉਂ ਲਾਉਂਦੇ ਹਾਂ ਇੱਥੇ ਬੈਠੇ। ਆਪਾਂ ਕਿਹੜਾ ਉੱਥੇ ਕਿਸੇ ਨੂੰ ਫੋਨ ਕਰਾਉਣਾ ਵਾ, ਕੋਈ MLA ਆਪਣਾ ਬਣ ਜਾਂਦਾ, ਕਿਸੇ ਨੂੰ ਕੋਈ ਸਿਫਾਰਿਸ਼ ਕਰਨੀ ਆ, ਇਸ ਕਰਕੇ ਕਰਦੇ ਹਾਂ। ਆਈ ਥਿੰਕ ਕਿਉਂਕਿ ਆਪਾਂ ਇੱਥੇ ਆ ਗਏ ਹਾਂ, ਬਾਹਰ ਆ ਗਏ ਹਾਂ, ਇੱਥੋਂ ਦਾ ਸਿਸਟਮ ਜਿਹੜਾ ਵਾ ਉਹਦਾ ਜ਼ਮੀਨ ਅਸਮਾਨ ਦਾ ਫਰਕ ਆ। ਇੱਥੇ ਹਰੇਕ ਇਨਸਾਨ ਖੁਸ਼ ਹੈ, ਹਰੇਕ ਇਨਸਾਨ ਨੂੰ ਕੰਮ ਕਾਰ ਮਿਲਦਾ, ਹਰੇਕ ਇਨਸਾਨ ਕਰਪਸ਼ਨ ਰਹਿਤ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਵਾ। ਅਤੇ ਅੱਜ ਸਭ ਤੋਂ ਪਹਿਲਾਂ ਸਾਡੇ ਮਾਣਯੋਗ ਅਰਵਿੰਦ ਕੇਜਰੀਵਾਲ ਜੀ, ਉਹਨਾਂ ਨੇ ਐਲਾਨ ਕੀਤਾ ਕਿ ਭਗਵੰਤ ਮਾਨ ਜੀ ਜਿਹੜੇ ਆ ਉਹ ਜਲਾਲਾਬਾਦ ਹਲਕੇ ਤੋਂ, ਮਿੰਟੂ ਸੇ ਕਿ ਸੁਖਬੀਰ ਬਾਦਲ ਦੇ ਵਿਰੁੱਧ ਇਲੈਕਸ਼ਨ ਲੜਨਗੇ। ਕਿਤੇ ਵੀ ਸੁਖਬੀਰ ਬਾਦਲ ਲੜਦਾ ਹੈ ਕਿਸੇ ਵੀ ਹਲਕੇ ਤੋਂ, ਉਹਦੇ ਵਿਰੁੱਧ ਇਲੈਕਸ਼ਨ ਲੜਨਗੇ। ਅਤੇ ਦੂਜਾ ਮੈਂ ਹੁਣੇ ਹੁਣੇ ਦੇਖ ਰਿਹਾ ਸੀਗਾ ਕਿ ਇੰਗਲੈਂਡ ਦੇ ਹਿਸਾਬ ਨਾਲ ਇੱਥੇ ਕੋਈ ਅਪਰੋਕਸੀਮੇਟਲੀ 7-7:30 ਦਾ ਟਾਈਮ ਹੈ ਇੰਗਲੈਂਡ ਦੀ ਸ਼ਾਮ ਦਾ, ਅਤੇ ਇੰਡੀਆ 'ਤੇ ਹੁਣ 5:30 ਅੱਗੇ ਲਾ ਲਓ, ਹੈ ਨਾ। ਅਤੇ ਮਤਲਬ ਪਤਾ ਲੱਗਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੀ ਅਤੇ ਬਾਕੀ ਜਿੰਨੀ ਪੰਜਾਬ ਲੀਡਰਸ਼ਿਪ ਹੈ ਉਹਨਾਂ ਦੀ ਬੈਂਸ ਬ੍ਰਦਰ ਦੇ ਨਾਲ ਇੱਕ ਮੀਟਿੰਗ ਹੋ ਗਈ ਹੈ, ਉਹਨਾਂ ਦੇ ਨਾਲ ਇੱਕ ਮੀਟਿੰਗ ਹੋ ਗਈ ਆ। ਕਿਉਂਕਿ ਪ੍ਰਗਟ ਸਿੰਘ ਜਿਹੜੇ ਆ ਉਹ ਸਿੱਧੂ ਸਾਹਿਬ ਦੇ ਕਹਿਣ 'ਤੇ ਕਾਂਗਰਸ ਜੁਆਇਨ ਕਰਨਗੇ, ਅਤੇ ਜਿਹੜੇ ਬੈਂਸ ਬ੍ਰਦਰ ਆ ਉਹਨਾਂ ਨੇ ਇਹਨਾਂ ਹੀ ਦੋਨਾਂ ਰਵਾਇਤੀ ਪਾਰਟੀਆਂ ਦਾ ਸਵਾਦ ਪਹਿਲਾਂ ਦੇਖਿਆ, ਕਹਿ ਸਕਦੇ ਜਿੱਦਾਂ ਅਕਾਲੀ ਦਲ 'ਚੋਂ ਰਹੇ ਆ, ਕਾਂਗਰਸ ਅਤੇ ਅਕਾਲੀ ਦਲ ਦੀ ਜਿਹੜੀ ਮਿਲੀ ਭੁਗਤ ਆ ਉਹਨਾਂ ਨੂੰ ਪੂਰਾ ਪਤਾ ਹੈ। ਇਸ ਕਰਕੇ ਉਹਨਾਂ ਨੇ ਆਪਣਾ ਬਹੁਤ ਵਧੀਆ ਇੱਕ ਡਿਸੀਜਨ ਲਿਆ ਕਿ ਸਵੇਰੇ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਅਤੇ ਮੇਰਾ ਹਰੇਕ ਪੰਜਾਬੀ ਨੂੰ, ਹਰੇਕ ਹੀ ਵੀਰ ਨੂੰ ਇਹ ਸੁਨੇਹਾ ਆ ਕਿ ਤੁਸੀਂ, ਮੈਂ ਖਾਸ ਕਰਕੇ ਅਪੀਲ ਆਪਣੇ ਪਿੰਡ ਵਾਲੇ ਲੋਕਾਂ ਨੂੰ ਜਾਂ ਮੇਰੇ ਹਲਕੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਕਰਦਾ ਕਿ ਪਲੀਜ਼ ਤੁਸੀਂ ਆਮ ਆਦਮੀ ਪਾਰਟੀ ਨੂੰ ਜੁਆਇਨ, ਜਿਹੜੀ ਮਤਲਬ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਉਹਦੇ ਨਾਲ ਜੁਆਇਨ ਹੋ, ਅਤੇ ਆਪਣੇ ਮਨਪਸੰਦ ਜਿਹੜਾ ਵੀ ਕੈਂਡੀਡੇਟ ਝਾੜੂ ਦੇ ਨਿਸ਼ਾਨ 'ਤੇ ਲੜਦਾ ਹੈ ਉਹਨੂੰ ਵੀ ਵੋਟਾਂ ਜ਼ਰੂਰ ਪਾਓ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।